लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। ਅਸੀਂ ਕਿ ਭਗਵੰਤ ਮਾਨ ਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਕਹਿੰਦੇ ਜੀ ਉਹਨਾਂ ਨੇ ਸ਼ਰਾਬ ਛੱਡ ਦਿੱਤੀ ਆ, ਅਤੇ ਮੈਂ ਪਹਿਲੀ ਤਾਂ ਕਹੂੰਗਾ ਕਿ ਪੰਜਾਬ ਗਵਰਨਮੈਂਟ ਨੂੰ ਵੀ ਅਤੇ ਆਪ ਵਾਲਿਆਂ ਨੂੰ ਉੱਥੋਂ ਦਿੱਲੀ ਗਵਰਨਮੈਂਟ ਨੂੰ ਚਾਹੀਦਾ ਕਿ ਨੋਬਲ ਪ੍ਰਾਈਜ਼ ਲਈ ਇਹਨਾਂ ਦਾ ਨਾਂ ਮੇਰੇ ਰਿਕਮੈਂਡ ਕਰਕੇ ਭੇਜਣਾ ਚਾਹੀਦਾ ਕਿ ਐਡੀ ਵੱਡੀ ਕੁਰਬਾਨੀ ਕੀਤੀ ਉਹਨਾਂ ਨੇ ਕਿ ਲੋਕਾਂ ਦੇ ਲਈ ਉਹ ਸ਼ਰਾਬ ਛੱਡ ਰਹੇ ਨੇ, ਅਤੇ ਪ੍ਰਧਾਨਗੀ ਬਣਨ ਤੋਂ ਬਾਅਦ ਦੇਖਾਂਗੇ ਕਿ ਪਹਿਲਾਂ ਉਹ ਜਿਹੜੀ ਸੌਂਹ ਖਾਧੀ ਉਹਨੂੰ ਪੂਰੇ ਕਰ ਲੈਣ, ਬਾਅਦ 'ਚ ਇਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਚਰਚਾ ਕਰਾਂਗੇ। बीते दिन साबका कैबिनेट मंत्री बिक्रम मजीठिया वालों कैप्टन दे स्मार्टफोन दी स्टाल लगा के कैप्टन दा दब के मजाक उड़ाया, जिसनों लैके जेल मंत्री सुखजिंदर रंधावा ने मजीठिया नूं इट दा जवाब पत्थर ना दिंदे होए कहा कि मजीठिया नूं चिट्टे दा स्टाल लगाउणा चाहीदा। अच्छा आ, आ, सरकार दे वादे पहली गल ते दमी मोबाइल जिहड़ी इंटरमेंट गल करनी चाहुंदा कि बिक्रम मजीठिया नूं एक मैं गल याद करवा चाहना कि अपनी गवर्नमेंट के दसा साल का वो जरूर वह भी स्टॉल ला के दसन कि डमी स्टॉल जी चिट्टे का भी ला के दसन कि किवें पंजाब से चिट्टा वेखता रहा, तो पंजाब के जो हालात इन्होंने बना दिते ने, जो गुंडागर्दी इन्हे टाइम से, जो इन्हे इलाके गैंगस्टर्स के नाल पुलिस के मुकाबले होने और उन्होंने गैंगस्टर रिलीज़ करवा ਉਹਦੇ ਜਿਹੜੀ ਜੇਲ੍ਹ ਆ ਬ੍ਰੇਕ ਹੋਈ ਉਹਦਾ ਕਿਹਨੂੰ ਨਹੀਂ ਪਤਾ ਕਿੱਥੇ ਕਿਹੜੇ ਬੰਦੇ ਰਹੇ ਨੇ। ਇਸ ਤੋਂ ਇਲਾਵਾ ਰੰਧਾਵਾ ਨੇ ਭਗਵੰਤ ਮਾਨ ਦੇ ਸ਼ਰਾਬ ਛੱਡਣ ਤੇ ਤੰਜ ਕਰਦਿਆਂ ਕਿਹਾ ਕਿ ਮਾਂ ਨੂੰ ਪਹਿਲਾਂ ਆਪਣੀ ਸਹੁੰ ਪੂਰੀ ਕਰਨੀ ਚਾਹੀਦੀ ਹੈ, ਫਿਰ ਪ੍ਰਧਾਨਗੀ ਲੈਣੀ ਚਾਹੀਦੀ ਹੈ ਤੇ ਆਪ ਨੂੰ ਨੋਬਲ ਪ੍ਰਾਈਜ਼ ਲਈ ਭਗਵੰਤ ਮਾਨ ਦਾ ਨਾਮ ਭੇਜਣਾ ਚਾਹੀਦਾ। ਇਸ ਦੇ ਨਾਲ ਹੀ ਰੰਧਾਵਾ ਨੇ ਬਰਗਾੜੀ ਮੋਰਚੇ ਦੇ ਬੋਲਦਿਆਂ ਕਿਹਾ ਕਿ ਮੋਰਚਾ ਬਰਗਾੜੀ ਚ ਨਹੀਂ ਮੋਦੀ ਦੀ ਕੋਠੀ ਦੇ ਬਾਹਰ ਲਗਾਉਣਾ ਚਾਹੀਦਾ। ਪਹਿਲੀ ਤੇ ਚੀਜ਼ ਕਿ ਜਿਹੜੀ ਪਿੱਛੇ ਇਹਨਾਂ ਨੇ ਕੀਤਾ ਸੀ ਕਿ ਭਗਵੰਤ ਮਾਨ ਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ, ਕਹਿੰਦੇ ਜੀ ਉਹਨਾਂ ਨੇ ਸ਼ਰਾਬ ਛੱਡ ਦਿੱਤੀ ਹੈ, ਅਤੇ ਮੈਂ ਪਹਿਲੀ ਤਾਂ ਕਹੂੰਗਾ ਕਿ ਪੰਜਾਬ ਗਵਰਨਮੈਂਟ ਨੂੰ ਵੀ ਅਤੇ ਆਪ ਵਾਲਿਆਂ ਨੂੰ ਉੱਥੋਂ ਦਿੱਲੀ ਗਵਰਨਮੈਂਟ ਨੂੰ ਚਾਹੀਦਾ ਕਿ ਨੋਬਲ ਪ੍ਰਾਈਜ਼ ਲਈ ਇਹਨਾਂ ਦਾ ਨਾਂ ਮੇਰੇ ਰਿਕਮੈਂਡ ਕਰਕੇ ਭੇਜਣਾ ਚਾਹੀਦਾ ਕਿ ਐਡੀ ਵੱਡੀ ਕੁਰਬਾਨੀ ਕੀਤੀ ਉਹਨਾਂ ਨੇ ਕਿ ਲੋਕਾਂ ਦੇ ਲਈ ਉਹ ਸ਼ਰਾਬ ਛੱਡ ਰਹੇ ਨੇ, ਅਤੇ ਪ੍ਰਧਾਨਗੀ ਬਣਨ ਤੋਂ ਬਾਅਦ ਦੇਖਾਂਗੇ ਕਿ ਪਹਿਲਾਂ ਉਹ ਜਿਹੜੀ ਸੌਂਹ ਖਾਧੀ ਉਹਨੂੰ ਪੂਰੇ ਕਰ ਲੈਣ, ਬਾਅਦ 'ਚ ਇਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਚਰਚਾ ਕਰਾਂਗਾ। ਮੇਰੀ ਗੱਲ ਸੁਣੋ, ਇੱਕ ਚੀਜ਼ 'ਤੇ ਮੈਂ ਮੇਰਾ ਖਿਆਲ ਆ ਕਿ ਇਹ ਪੰਜਾਬ ਦਾ ਮਾਹੌਲ ਠੀਕ ਨਹੀਂ ਦੇਖਣਾ ਚਾਹੁੰਦੇ। ਮੈਂ ਬੜਾ ਕਲੀਅਰ ਅਤੇ ਸਪਸ਼ਟ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਪਹਿਲੀ ਮੰਗ ਸੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਏ ਜੀ। ਦੂਜੀ ਸੀ ਕਿ ਜਿਹੜੇ ਕਾਤਲ ਨੇ ਬਹਿਬਲ ਕਲਾਂ 'ਚ ਉਹ ਅਣਪਛਾਤੇ ਨਹੀਂ ਹੋਣੇ ਚਾਹੀਦੇ, ਪੁਲਿਸ ਕਦੀ ਅਣਪਛਾਤੀ ਨਹੀਂ, ਉਦੋਂ ਪੁਲਿਸ ਦੇ ਨਾਂ ਨੋਮੀਨੇਟ ਕਰਕੇ ਉਹਦੀ ਇਨਕੁਆਇਰੀ ਕਰ ਦਿੱਤੀ ਔਰ ਉਹ ਬੰਦੇ ਅਰੈਸਟ ਕਰ ਲਏ ਨੇ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਉਹ ਅੱਜ ਨਾਭਾ ਅਤੇ ਫਰੀਦਕੋਟ ਜੇਲ੍ਹ 'ਚ ਬੰਦ ਨੇ, ਅਤੇ ਮੇਰਾ ਖਿਆਲ ਹੈ ਕਿ ਹੋਰ ਤਾਂ ਇਹਨਾਂ ਨੂੰ ਜੋ ਇਹਨਾਂ ਦੀਆਂ ਮੰਗਾਂ ਸੀ ਇਹਨਾਂ ਦੀਆਂ ਮੰਗਾਂ ਨਹੀਂ ਸੀਗੀਆਂ, ਇਹ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਲੋਕਾਂ ਦੇ ਨਾਲ, ਅਤੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜਿਹੜੀ ਜੇਲ੍ਹ 'ਚ ਬੰਦ ਨੇ, ਜਿਹੜੇ ਟਾਡਾ 'ਚ ਬੰਦ ਨੇ, ਉਹਨਾਂ ਦੀ ਪੰਜਾਬ ਗਵਰਨਮੈਂਟ ਨੇ ਰਿਕਮੈਂਡ ਕਰਕੇ ਕੇਸ ਭੇਜ ਦਿੱਤੇ ਨੇ ਔਰ ਉਹ ਗਵਰਨਮੈਂਟ ਆਫ ਇੰਡੀਆ ਨੇ ਛੱਡਣੇ ਨੇ, ਉਹਦੇ 'ਚ ਪੰਜਾਬ ਸਰਕਾਰ ਦਾ ਕੋਈ ਲੈਣ ਦੇਣ ਨਹੀਂ। ਉੱਥੇ ਸਟੇਜ 'ਤੇ ਦੱਸ ਦਿੱਤਾ ਗਿਆ ਸੀ, ਮੈਂ ਹੀ ਗਿਆ ਸੀ ਉੱਥੇ ਸਟੇਜ 'ਤੇ ਦੱਸ ਦਿੱਤਾ ਸੀ ਕਿ ਇਹਨਾਂ ਬੰਦਿਆਂ ਦੇ ਕੇਸ ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਰਿਕਮੈਂਡ ਕਰਕੇ ਭੇਜ ਦਿੱਤੇ। ਜਿਹੜਾ ਜਿਸ ਚੀਜ਼ ਦਾ ਇਲਾਜ ਹੀ ਸਾਡੇ ਕੋਲ ਨਹੀਂ ਉਹ ਗਵਰਨਮੈਂਟ ਆਫ ਇੰਡੀਆ ਕੋਲ ਆ, ਅਤੇ ਜੇ ਇਹਨਾਂ ਨੇ ਧਰਨਾ ਲਾਉਣਾ ਤਾਂ ਉਹ ਮੋਦੀ ਦੇ ਦਰਵਾਜ਼ੇ ਦੇ ਬਾਹਰ ਜਾ ਕੇ ਲਾਉਣ, ਅਤੇ ਕੈਪਟਨ ਸਾਹਿਬ ਅਤੇ ਅਸੀਂ ਸਾਰੀ ਕੈਬਨਿਟ ਇਹਨਾਂ ਦੇ ਨਾਲ ਜਾਵਾਂਗੇ। ਬੇਸ਼ੱਕ ਭਗਵੰਤ ਮਾਨ ਨੇ ਸਹੁੰ ਖਾ ਕੇ ਸ਼ਰਾਬ ਛੱਡਣ ਦਾ ਪ੍ਰਣ ਲੈ ਲਿਆ, ਪਰ ਵਿਰੋਧੀ ਪਾਰਟੀਆਂ ਵੱਲੋਂ ਮਾਨ ਦੀ ਸਹੁੰ ਤੇ ਯਕੀਨ ਨਹੀਂ ਹੋ ਰਿਹਾ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮਾਨ ਤੇ ਲਗਾਤਾਰ ਤੰਜ ਕੱਸੇ ਜਾ ਰਹੇ ਨੇ। ਚੰਡੀਗੜ੍ਹ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।